ਜਿਵੇਂ ਹੀ ਅੱਜ ਪਲੱਸ ਟੂ ਦਾ ਰਿਜ਼ਲਟ ਅਨਾਊਂਸ ਹੁੰਦੇ ਅਸੀਂ ਅੱਜ ਤਸਵੀਰਾਂ ਤੁਹਾਨੂੰ ਪਹਿਲਾਂ ਦਿਖਾਈਏ ਗੌਰਮੈਂਟ ਮਲਟੀਪਰਪਜ਼ ਸਕੂਲ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਦੀਆਂ, ਜਿੱਥੇ ਅਨਮੋਲਦੀਪ ਕੌਰ ਨੇ 320 ਦੇ ਵਿੱਚੋਂ 231ਵਾਂ ਰੈਂਕ ਕਰਕੇ ਮੈਰਿਟ ਲਿਸਟ ਦੇ ਵਿੱਚ ਆਪਣਾ ਨਾਮ ਦਰਜ ਕੀਤਾ ਹੈ। ਪੂਰੇ ਜਿਹੜੇ ਸਟੂਡੈਂਟਸ ਦੀ ਗੱਲ ਕਰੀਏ, ਨਾਲ ਟੀਚਰ ਸਾਹਿਬਾਨ ਨੇ ਖੁਸ਼ ਦਿਖਾਈ ਦੇ ਰਹੇ ਨੇ ਔਰ ਉਹਨਾਂ ਦਾ ਮੂੰਹ ਮਿੱਠਾ ਨਜ਼ਰ ਕਰਾਉਂਦੇ ਨਜ਼ਰ ਆ ਰਹੇ ਨੇ। ਅਨਮੋਲਦੀਪ ਨਾਲ ਗੱਲ ਕਰਾਂਗੇ ਕਿ ਕਿਸ ਤਰ੍ਹਾਂ ਦਾ ਮੈਸੇਜ ਕਰਿਆ ਅਨਮੋਲਦੀਪ ਜੀ, ਪਹਿਲਾਂ ਤਾਂ ਮੁਬਾਰਕਾਂ ਲਿਵਿੰਗ ਟੀਮ ਦੇ ਵੱਲੋਂ, ਤੁਹਾਡਾ ਜਿਹੜਾ 231ਵਾਂ ਰੈਂਕ ਆਇਆ ਮੈਰਿਟ ਦੇ ਵਿੱਚ, ਨਾਮ ਕਿਵੇਂ ਦਾ ਮਹਿਸੂਸ ਹੋ ਰਿਹਾ ਹੈਗਾ ਜਦੋਂ ਰਿਜ਼ਲਟ ਦੱਸਿਆ? ਤੁਹਾਨੂੰ ਪਹਿਲਾਂ ਫੋਨ ਕਿੱਦਾਂ ਆਇਆ ਸਭ ਤੋਂ ਪਹਿਲਾਂ? ਘਰ ਦੇ ਵਿੱਚ ਮਾਹੌਲ ਕਿਸ ਤਰ੍ਹਾਂ ਸੀ ਉਸ ਟਾਈਮ? ਕੌਣ ਕੌਣ ਘਰ ਸੀਗਾ? ਘਰ ਦੇ ਵਿੱਚ ਸਾਰੇ ਹੀ ਸੀਗੇ, ਮੇਰੇ ਮੰਮੀ ਪਾਪਾ ਸਾਰੇ, ਅਸੀਂ ਹੈ ਨਾ ਰਿਜ਼ਲਟ ਦਾ ਇੰਤਜ਼ਾਰ ਕਰ ਰਹੇ ਸੀਗੇ। ਫਿਰ ਜਦੋਂ ਮੈਮ ਦਾ ਫੋਨ ਆਇਆ ਤਾਂ ਸਾਨੂੰ ਸਾਰਿਆਂ ਨੂੰ ਬਹੁਤ ਜ਼ਿਆਦਾ ਖੁਸ਼ੀ ਹੋਈ। ਘਰ ਦੇ ਵਿੱਚ ਜਦੋਂ ਤੁਹਾਨੂੰ ਰਿਜ਼ਲਟ ਤੋਂ ਮੈਡਮ ਦਾ ਫੋਨ ਆਇਆ ਕਿ ਰਿਜ਼ਲਟ ਆਇਆ ਹੈਗਾ, ਸਭ ਤੋਂ ਪਹਿਲਾਂ ਕਿੱਦਾਂ ਸਕੂਲ ਵੱਲ ਨੂੰ ਤਿਆਰੀ ਕੀਤੀ ਜਾਂ ਮਤਲਬ ਦੋਸਤਾਂ ਮਿੱਤਰਾਂ ਨੂੰ ਮਿਲਣ ਪਹੁੰਚੇ ਜਾਂ ਪਰਿਵਾਰਕ ਮੈਂਬਰਾਂ ਦਾ ਕਿਸ ਤਰ੍ਹਾਂ ਦਾ ਸੀਗਾ ਕਿ ਹਾਂ ਲੱਡੂ ਵੰਡ ਰਹੇ ਆ ਜਾਂ ਗੁਆਂਢੀ ਆਂਢੀ ਗੁਆਂਢੀ ਆ ਰਹੇ ਸੀ ਜਾਂ ਰਿਸ਼ਤੇਦਾਰਾਂ ਨੇ ਸ਼ੁਰੂ ਹੋਏ, ਕਿਸ ਤਰ੍ਹਾਂ ਦਾ ਮਾਹੌਲ ਸੀਗਾ? ਨਹੀਂ, ਅਸੀਂ ਸਭ ਤੋਂ ਪਹਿਲਾਂ ਸਕੂਲ ਵਿੱਚ ਹੀ ਆਏ ਆ ਰਿਜ਼ਲਟ ਦੇ ਬਾਰੇ ਪਤਾ ਲੱਗਣ 'ਤੇ। ਸਭ ਤੋਂ ਪਹਿਲਾਂ ਸਕੂਲ ਵਿੱਚ ਹੀ ਆਏ, ਮੈਮ ਨੇ ਸਾਡਾ ਸਕੂਲ ਕੀਤਾ, ਫੋਨ ਕੀਤਾ ਸੀਗਾ, ਬੁਲਾਇਆ ਸੀਗਾ, ਫਿਰ ਟੀਚਰਸ ਨੇ ਇੱਥੇ ਬਹੁਤ ਜ਼ਿਆਦਾ ਉਹ ਕੀਤਾ। ਜਦੋਂ ਤੁਸੀਂ ਪੜ੍ਹਦੇ ਸੀਗੇ, ਸਟੱਡੀ ਕਰਦੇ ਸੀ, ਕਿੰਨਾ ਸਮਾਂ ਜਿਹੜਾ ਸਟੱਡੀ ਨੂੰ ਦਿੱਤਾ ਜਾਂਦਾ ਸੀਗਾ ਤਾਂ ਕਿ ਜਿਹੜੇ ਬੱਚੇ ਹੈਗੇ ਜਿਹੜੇ ਤੁਹਾਨੂੰ ਸੁਣ ਰਹੇ ਨੇ ਜਾਂ ਦੇਖ ਰਹੇ ਨੇ ਹੋਰ ਜਿਹੜੇ ਦਰਸ਼ਕ ਦੇਖ ਰਹੇ ਨੇ ਤਾਂ ਕਿ ਉਹ ਇਸ ਤਰ੍ਹਾਂ ਦੀ ਤਿਆਰੀ ਕਰ ਸਕਣ? ਮੇਰੀ ਮੈਡੀਕਲ ਸਟ੍ਰੀਮ ਸੀ, ਇਸ ਲਈ ਮੇਰਾ ਮੋਸਟ ਆਫ ਦਾ ਟਾਈਮ ਤਾਂ ਪੜ੍ਹਾਈ ਦੇ ਵਿੱਚ ਹੀ ਜਾਂਦਾ ਸੀਗਾ। ਸਕੂਲ ਟਿਊਸ਼ਨਸ ਤੋਂ ਬਾਅਦ ਫਿਰ ਮੈਂ ਘਰ ਜਾ ਕੇ ਸਾਰਾ ਟਾਈਮ ਪੜ੍ਹਦੀ ਸੀਗੀ, ਫਿਰ ਰਾਤ ਨੂੰ 12 ਵਜੇ ਤੱਕ ਪੜ੍ਹਦੀ ਸੀਗੀ, ਉਸ ਤੋਂ ਬਾਅਦ ਸੁਣਦੀ ਸੀਗੀ। ਘਰ ਦੇ ਵਿੱਚ ਸਭ ਤੋਂ ਜ਼ਿਆਦਾ ਸਾਥ ਕਿਸ ਦਾ ਮਿਲਦਾ ਸੀ, ਫਾਦਰ ਦਾ ਮਦਰ ਦਾ? ਦੋਨਾਂ ਦਾ ਬਹੁਤ ਹੀ ਜ਼ਿਆਦਾ ਸਾਥ ਮਿਲਦਾ ਸੀਗਾ। ਜਿਵੇਂ ਆਪਾਂ ਸਟੱਡੀ ਕਰਨ ਦੀ ਗੱਲ ਕਰਦੇ ਹਾਂ, ਨਾਲ ਨਾਲ ਬੱਚੇ ਮੋਬਾਈਲਾਂ ਦੇ ਉੱਪਰ ਵੀ ਗੇਮ ਖੇਡਣਾ ਜਾਂ ਇੱਧਰ ਉੱਧਰ ਟਾਈਮ ਪਾਸ ਕਰਨਾ, ਰੀਲਾਂ ਦੇਖਣਾ ਦੇਖਦੇ ਸ਼ੌਂਕ ਰੱਖਦੇ ਨੇ, ਕਿ ਤੁਸੀਂ ਵੀ ਇਸ ਤਰ੍ਹਾਂ ਦਾ ਸ਼ੌਂਕ ਰੱਖਦੇ ਸੀਗੇ ਨਾਲ ਨਾਲ? ਬਹੁਤ ਜ਼ਿਆਦਾ ਤਾਂ ਨਹੀਂ, ਥੋੜ੍ਹਾ ਜਿਹਾ ਮਾਇੰਡ ਫਰੈਸ਼ ਕਰਨ ਵਾਸਤੇ ਜ਼ਰੂਰ ਦੇਖ ਲੈਂਦੇ ਸੀ। ਕੰਪੀਟੀਸ਼ਨ ਅਕਸਰ ਦੇਖਿਆ ਜਾਂਦਾ ਲੜਕੀਆਂ ਦੇ ਵਿੱਚ, ਕਾਫੀ ਜ਼ਿਆਦਾ ਕੰਪੀਟੀਸ਼ਨ ਹੁੰਦਾ ਹੈਗਾ ਜਦੋਂ ਕਲਾਸ ਦੀ ਗੱਲ ਕਰ ਰਹੇ ਹਾਂ ਤਾਂ ਕੁੜੀਆਂ ਆਪਣਾ ਕੀਤਾ ਹੋਮਵਰਕ ਕੀਤਾ ਜਾਂ ਜੋ ਵੀ ਉਹ ਪੜ੍ਹਦੇ ਨੇ ਉਹ ਦੂਸਰਿਆਂ ਨੂੰ ਨਹੀਂ ਦੱਸਦੀਆਂ, ਕਿ ਤੁਹਾਡੇ 'ਚ ਵੀ ਹੈਗਾ ਸਕੂਲ ਦੇ ਵਿੱਚ ਇਸ ਤਰ੍ਹਾਂ ਦਾ ਕਿ ਲੜਕੀਆਂ ਇੱਕ ਦੂਜੇ ਨਾਲ ਕੰਪੀਟੀਸ਼ਨ ਦਿੰਦੀਆਂ ਨੇ? ਸਾਡੀ ਸਾਰੀ ਕਲਾਸਮੇਟ ਬਹੁਤ ਅੱਛੇ ਫਰੈਂਡਸ ਹੈ। ਅਤੇ ਸਕੂਲ ਦੀ ਗੱਲ ਕਰੀਏ, ਟੀਚਰ ਸਾਹਿਬਾਨ ਦਾ ਕਿਸ ਤਰ੍ਹਾਂ ਦਾ ਸਾਥ ਰਿਹਾ? ਜਿਵੇਂ ਤੁਸੀਂ ਗੱਲ ਕਰ ਰਹੇ ਹੋ ਮੈਡਮ ਦਾ ਫੋਨ ਆਇਆ, ਜਿਹੜੇ ਬਾਕੀ ਟੀਚਰ ਜਿਹੜੇ ਤੁਹਾਨੂੰ ਪੜ੍ਹਾਉਂਦੇ ਸੀਗੇ ਉਹਨਾਂ ਦਾ ਸਾਥ ਕਿਵੇਂ ਕਰਿਆ? ਸਾਰੇ ਟੀਚਰਸ ਕਰਕੇ ਮੇਰੇ ਇੰਨੇ ਅੱਛੇ ਮਾਰਕਸ ਆਏ ਆ ਸਰ, ਸਾਰੇ ਟੀਚਰਸ ਨੇ ਬਹੁਤ ਜ਼ਿਆਦਾ ਸਾਥ ਦਿੱਤਾ। ਸਾਡੇ ਟੀਚਰਸ ਮਤਲਬ ਬੁੱਕਸ ਵੀ ਦੇ ਦਿੰਦੇ ਸੀਗੇ ਪੜ੍ਹਨ ਵਾਸਤੇ ਆਪਣੇ ਆਪ ਤੋਂ ਹੀ, ਸਾਨੂੰ ਕਦੇ ਬੁੱਕਸ ਵੀ ਨਹੀਂ ਲੈਣੀਆਂ ਪੈਂਦਾ। ਓਕੇ, ਅਤੇ ਜੇ ਬਾਕੀ ਜਿਹੜੇ ਸਟੂਡੈਂਟ ਨੇ ਜਿਹੜੇ ਹੁਣ ਪੜ੍ਹ ਰਹੇ ਨੇ ਜਿਨ੍ਹਾਂ ਦਾ ਧਿਆਨ ਘੱਟ ਹੁੰਦਾ ਪੜ੍ਹਾਈ ਵੱਲ, ਉਹਨਾਂ ਨੂੰ ਕੀ ਕਹਿਣਾ ਚਾਹੋਗੇ ਕਿ ਕਿਸ ਤਰ੍ਹਾਂ ਦੀ ਜਿਹੜੀ ਤਿਆਰੀ ਹੈ ਅਤੇ ਕਿਵੇਂ ਕਰਨੀ ਪੈਂਦੀ ਹੈ ਤਾਂ ਕਿ ਜਿਹੜੇ ਉਹ ਅੱਗੇ ਚੰਗੇ ਮਤਲਬ ਜਗ੍ਹਾ 'ਤੇ ਪਹੁੰਚ ਸਕਣ? ਬਸ ਕੰਸਿਸਟੈਂਸੀ ਰੱਖਣੀ ਪੈਂਦੀ ਹੈ ਆਪਣੀ ਪੜ੍ਹਾਈ ਦੇ ਵਿੱਚ, ਕਿ ਹੈ ਡੇਲੀ ਬੇਸਿਸ 'ਤੇ ਪੜ੍ਹਨਾ ਪੈਂਦਾ, ਕਿ ਐਵੇਂ ਨਹੀਂ ਕਿ ਇੱਕ ਦਿਨ ਪਹਿਲਾਂ ਹੀ ਪੜ੍ਹਨਾ ਪੇਪਰ ਤੋਂ। ਜਿਹੜੇ ਬੱਚੇ ਨੋਰਮਲ ਪੜ੍ਹਦੇ ਨੇ, ਕੀ ਤੁਹਾਨੂੰ ਲੱਗਦਾ ਨਹੀਂ ਉਹ ਰੀਲਾਂ ਦੇ ਉੱਪਰ ਆਪਣਾ ਟਾਈਮ ਖਰਾਬ ਕਰਦੇ ਨੇ, ਉਹਨਾਂ ਲਈ ਕੁਛ ਕਹਿਣਾ ਚਾਹੋਗੇ? ਕਿਉਂਕਿ ਅੱਜ ਕੱਲ੍ਹ ਦੀ ਜਿਹੜੀ ਜਨਰੇਸ਼ਨ ਆ ਉਹ ਜ਼ਿਆਦਾਤਰ ਮੋਬਾਈਲਾਂ ਦੇ ਉੱਪਰ ਟਾਈਮ ਪਾਸ ਕਰਦੀ ਨਜ਼ਰ ਆਉਂਦੀ ਆ ਜਾਂ ਘੁੰਮਦੇ ਫਿਰਦੇ। ਤੁਸੀਂ ਵੀ ਘੁੰਮਦੇ ਫਿਰਦੇ ਸੀਗੇ? ਨਹੀਂ, ਮੈਂ ਬਿਲਕੁਲ। ਸੋ ਹੋਰ ਵੀ ਸਾਡੇ ਨਾਲ ਪ੍ਰਿੰਸੀਪਲ ਸਾਹਿਬਾਨ ਮੌਜੂਦ ਨੇ, ਉਹਨਾਂ ਨੂੰ ਪ੍ਰਿੰਸੀਪਲ ਮੈਮ ਪਹਿਲਾਂ ਮੁਬਾਰਕਾਂ ਜੀ, ਪਹਿਲਾਂ ਬਹੁਤ ਬਹੁਤ ਥੈਂਕ ਯੂ ਸਰ, ਥੈਂਕ ਯੂ ਜੀ। ਕਿਸ ਤਰ੍ਹਾਂ ਦਾ ਮਹਿਸੂਸ ਹੋਇਆ ਜਦੋਂ ਲੱਗਿਆ ਜੀ ਰਿਜ਼ਲਟ ਆਇਆ ਹੈਗਾ ਕਿ ਅਨਮੋਲਦੀਪ ਨੇ 231ਵਾਂ ਰੈਂਕ ਜਿਹੜਾ ਹੈਗਾ ਮੈਰਿਟ ਲਿਸਟ ਦੇ ਵਿੱਚ ਲੈ ਕੇ ਆਪਣਾ ਨਾਮ ਰੋਸ਼ਨ ਕੀਤਾ? ਬਹੁਤ ਹੀ ਜ਼ਿਆਦਾ ਖੁਸ਼ੀ ਦੀ ਲਹਿਰ ਜਿਹੜੀ ਹੈਗੀ ਹੈ ਮਨ ਦੇ ਵਿੱਚ,
ਮੀਨਸ ਇੰਨੀਆਂ ਉਮੰਗਾਂ ਜ਼ਿਆਦਾ ਭਰ ਗਈਆਂ ਕਿ ਮੇਰੇ ਤਾਂ ਪੈਰ ਟਿੱਕ ਨਹੀਂ ਰਹੇ ਸੀ, ਮੈਨੂੰ ਤਾਂ ਇਹ ਨਹੀਂ ਸੁੱਝ ਰਿਹਾ ਸੀ ਵੀ ਮੈਂ ਪਰਸ ਚੱਕਾਂ, ਬੈਠਾ, ਉੱਠਾਂ ਜਾਂ ਸਕੂਟਰ 'ਤੇ ਕਿਸ ਤਰ੍ਹਾਂ ਮੈਂ ਜਾਣਾ ਹੈਗਾ, ਸਾਰਾ ਰਸਤਾ ਮੈਂ ਕਿਸ ਤਰ੍ਹਾਂ ਪਾਰ ਕਰਕੇ ਆਈ ਹਾਂ, ਇਹ ਮੇਰਾ ਮਨ ਨਹੀਂ ਜਾਂਦਾ ਹੈਗਾ। ਕਿਉਂਕਿ ਜਿੰਨੀ ਮਿਹਨਤ ਮੇਰੇ ਬੱਚੇ ਕਰਦੇ ਹੈਗੇ, ਮੇਰੇ ਅਧਿਆਪਕ ਸਾਥੀ ਕਰਦੇ ਹੈਗੇ ਹੈ, ਤਨਦੇਈ ਦੇ ਨਾਲ ਬੱਚਿਆਂ ਨਾਲ ਜੁੜੇ ਹੋਏ ਹੈਗੇ ਹੈ, ਤਾਂ ਮੈਂ ਤਾਂ ਸ਼ੁਕਰਗੁਜ਼ਾਰ ਇਹਨਾਂ ਅਧਿਆਪਕਾਂ ਦਾ, ਇਸ ਬੱਚੀ ਦਾ, ਇਹਦੇ ਮਾਪਿਆਂ ਦਾ, ਜਿਨ੍ਹਾਂ ਨੇ ਇਸ ਤਰ੍ਹਾਂ ਦੀ ਬੱਚੀ ਜਿਹੜੀ ਹੈਗੀ ਹੈ ਉਹਨਾਂ ਦੇ ਘਰ ਬੱਚੀ ਨੇ ਜਨਮ ਲਿੱਤਾ ਹੈਗਾ, ਤਾਂ ਮੈਂ ਤਾਂ ਉਹਨਾਂ ਦੀ ਵੀ ਧੰਨਵਾਦੀ ਹਾਂ ਵੀ ਇਸ ਤਰ੍ਹਾਂ ਦਾ ਹੋਣਹਾਰ ਬੱਚਾ ਜਿਹੜਾ ਹੈਗਾ, ਔਰ ਮੇਰੇ ਇੰਨੇ ਅਧਿਆਪਕ ਜਿਹੜੇ ਮਿਹਨਤੀ ਹੈ ਉਹਨਾਂ ਦਾ ਸਾਥ ਮੈਨੂੰ ਜ਼ਿੰਦਗੀ ਦੇ ਵਿੱਚ ਮਿਲਿਆ, ਅਤੇ ਇੰਨੀ ਉੱਚਾਈਆਂ ਤੱਕ, ਬੁਲੰਦੀਆਂ ਤੱਕ ਮੈਂ ਪਹੁੰਚ ਸਕਦੀ ਹਾਂ। ਮੈਮ, ਤੁਸੀਂ ਬਤੌਰ ਪ੍ਰਿੰਸੀਪਲ ਕਾਫੀ ਦੇਰ ਤੋਂ ਇਸ ਸਕੂਲ ਦੇ ਵਿੱਚ ਹੈਗੇ ਹੋ, ਜਿਵੇਂ ਕਿਸ ਤਰ੍ਹਾਂ ਦੇ ਜਿਹੜੇ ਸਟੂਡੈਂਟ ਆ ਜਿਹੜੇ ਤੁਹਾਨੂੰ ਮਤਲਬ ਮਿਲਦੇ ਨੇ, ਜਿਵੇਂ ਸਟੱਡੀ ਦੀ ਗੱਲ ਕਰੀਏ, ਜਿਵੇਂ ਕੁੜੀਆਂ ਜ਼ਿਆਦਾ ਪੜ੍ਹਦੀਆਂ ਨੇ, ਮੁੰਡੇ ਜ਼ਿਆਦਾ ਪੜ੍ਹਦੇ ਨੇ, ਜਾਂ ਖੇਡਾਂ ਵੱਲ ਜ਼ਿਆਦਾ ਧਿਆਨ ਹੁੰਦਾ ਬੱਚਿਆਂ ਦੇ? ਦੇਖੋ ਜੀ, ਬੱਚੇ ਹਰ ਤਰ੍ਹਾਂ ਦੇ ਮਿਲਦੇ ਆ ਮੈਨੂੰ, ਅਤੇ ਸਾਡੇ ਕੋਲ ਇਸ ਟਾਈਮ ਵੀ ਜਿਹੜੀ ਗਿਣਤੀ ਹੈਗੀ ਹੈ ਸਕੂਲ ਦੀ ਕਾਫੀ ਜ਼ਿਆਦਾ ਹੈਗੀ ਹੈ, 3200-4000 ਦੇ ਕਰੀਬ ਗਿਣਤੀ ਜਿਹੜੀ ਹੈਗੀ ਹੈਗੀ ਹੈ, ਅਤੇ ਤਕਰੀਬਨ ਅਸੀਂ ਕਈ ਵਾਰ ਬੱਚਿਆਂ ਨੂੰ ਫੜਦੇ ਵੀ ਹੈਗੇ ਹਾਂ ਜਿਹੜੇ ਮੋਬਾਈਲ ਲੁੱਕ ਚਿਪ ਕੇ ਸਾਡੇ ਤੋਂ ਚਲਾ ਰਹੇ ਹੁੰਦੇ ਆ, ਜਾਂ ਸ਼ਰਾਰਤੀ ਵੀ ਹੁੰਦੇ ਆ, ਪਰ ਵੀਰੇ ਅਸੀਂ ਸ਼ਰਾਰਤੀ ਨਹੀਂ ਕਹਿ ਸਕਦੇ। ਜ਼ਿਆਦਾਤਰ ਜਿਸ ਤਰ੍ਹਾਂ ਅੱਜ ਸਾਡੀ ਇਸ ਬੱਚੀ ਨੇ ਨਾਮ ਜਿਹੜਾ ਹੈਗਾ ਰੋਸ਼ਨ ਕੀਤਾ ਹੈਗਾ, ਤਾਂ ਇਹ ਬੱਚੀ ਤੁਹਾਡੇ ਸਾਹਮਣੇ ਹੀ ਹੈ, ਅਤੇ ਇਹ ਵੀ ਪ੍ਰੋਡਕਟ ਮਲਟੀ ਦੀ ਹੋਈ ਹੈ, ਅਤੇ ਮੈਨੂੰ ਮਾਣ ਹੈਗਾ, ਅਤੇ ਮੈਂ ਇਸ ਤਰ੍ਹਾਂ ਦੇ ਐਕਸਪੀਰੀਅੰਸਿਸ ਜਿਹੜੇ ਹੈਗੇ ਆ ਆਪਣੇ ਬੱਚਿਆਂ ਨਾਲ ਸ਼ੇਅਰ ਵੀ ਕਰਦੀ ਹਾਂ ਕਿ ਬੇਟਾ ਤੁਸੀਂ ਇਸ ਤਰ੍ਹਾਂ ਦੇ ਬਣੋ, ਨਾ ਕਿ ਤੁਸੀਂ ਸ਼ਰਾਰਤੀ ਬਣੋ ਜਾਂ ਮੋਬਾਈਲ ਦੇ ਉੱਤੇ। ਸਾਡੇ ਵੱਲੋਂ, ਮੇਰੇ ਅਧਿਆਪਕਾਂ ਵੱਲੋਂ ਇਹ ਵੀ ਦੱਸਿਆ ਜਾਂਦਾ ਸਮੇਂ ਸਮੇਂ ਦੇ ਉੱਤੇ ਕਿ ਬੇਟਾ ਜੀ ਤੁਸੀਂ ਮੋਬਾਈਲ ਚਲਾਓ, ਅਸੀਂ ਮਨਾ ਨਹੀਂ ਕਰਦੇ, ਤੁਸੀਂ ਆਪਣੇ ਜਿਹੜੇ ਲੈਕਚਰਸ ਕਲਾਸ ਦੇ ਵਿੱਚ ਡਿਲੀਵਰਸ ਕੀਤੇ ਜਾਂਦੇ ਹੈ ਉਹਨਾਂ ਦੇ ਉੱਤੇ ਵੀ ਸਟ੍ਰੈਸ ਕਰੋ, ਉਹੀ ਲੈਸਨ ਯੂਟਿਊਬਸ ਦੇ ਉੱਤੇ ਵੀ ਦੇਖੋ, ਤਾਂ ਕਿ ਮੋਬਾਈਲ ਚੰਗੇ ਕੰਮ ਵਾਸਤੇ ਉਹਦੀ ਵਰਤੋਂ ਹੋਵੇ, ਸਦ ਵਰਤੋਂ ਹੋਵੇ, ਨਾ ਕਿ ਦੁਰਵਰਤੋਂ। ਸੋ ਹੋਰ ਵੀ ਜਿਹੜੇ ਟੀਚਰ ਸਾਹਿਬਾਨ ਨੇ ਉਹ ਵੀ ਸਾਡੇ ਨਾਲ ਮੌਜੂਦ ਨੇ, ਕਿਉਂਕਿ ਇਸ ਤਰ੍ਹਾਂ ਮੈਨੂੰ ਲੱਗਦਾ ਪਹਿਲਾ ਫੋਨ ਤੁਹਾਡਾ ਹੀ ਗਿਆ ਸੀ। ਹਾਂਜੀ ਸਰ, ਇਹ ਮੇਰੀ ਕਲਾਸ ਦੀ ਬੱਚੀ ਹੈ, ਮੈਂ ਇਹਦੀ ਕਲਾਸ ਟੀਚਰ ਰਹੀ ਹਾਂ, ਔਰ ਇਹ ਜਦੋਂ ਤੋਂ ਇਹਨੇ ਮੇਰੀ ਕਲਾਸ 'ਚ ਜੁਆਇਨ ਕੀਤਾ ਸੀ, ਥੋੜ੍ਹੀ ਦੇਰ ਤੋਂ ਬਾਅਦ ਹੀ ਮੈਨੂੰ ਮਹਿਸੂਸ ਹੋਣ ਲੱਗ ਗਿਆ ਸੀ ਕਿ ਇਹ ਬੱਚੀ ਬਹੁਤ ਇੰਟੈਲੀਜੈਂਟ ਹੈ, ਔਰ ਇਹ ਜ਼ਰੂਰ ਪਲੱਸ ਟੂ ਦੇ ਵਿੱਚ ਜਿਹੜਾ ਮੈਰਿਟ ਦਾ ਰੈਂਕ ਲਏਗੀ। ਪਰ ਮੈਨੂੰ ਅੱਜ ਇੰਨੀ ਖੁਸ਼ੀ ਹੋ ਰਹੀ ਹੈ ਵੀ ਜਿਸ ਤਰ੍ਹਾਂ ਮੇਰੀ ਆਪਣੀ ਬੇਟੀ ਜਿਹੜੀ ਹੈ ਉਹ ਆਈ ਹੈ, ਪਰ ਮੈਨੂੰ ਪੂਰੀ ਉਮੀਦ ਹੈ ਵੀ ਇਹ ਨੀਟ ਦਾ ਐਗਜ਼ਾਮ ਦੇਵੇਗੀ ਔਰ ਉਸ ਦੇ ਵਿੱਚ ਵੀ ਆਪਣਾ ਕੋਈ ਸਥਾਨ ਹਾਸਿਲ ਜ਼ਰੂਰ ਕਰੇਗੀ ਇਹ ਬੱਚੀ। ਕਲਾਸ ਦੇ ਵਿੱਚ ਸ਼ਰਾਰਤਾਂ ਵਗੈਰਾ ਕਰਦੀ ਸੀ ਜੀ ਅਨਮੋਲ? ਨਹੀਂ ਜੀ ਨਹੀਂ, ਬਹੁਤ ਹੀ ਸਿੰਸੀਅਰ, ਬਹੁਤ ਡਿਸਿਪਲਿਨ ਰਹੀ ਹੈ ਇਹ ਦੋਨੋਂ ਸਾਲ, ਲਗਾਤਾਰ ਰੈਗੂਲਰ ਸਕੂਲ ਆਉਣਾ, ਔਰ ਸਕੂਲ ਦੇ ਵਿੱਚ ਸਿਰਫ ਸਟੱਡੀਜ਼ ਨਾਲ ਆਪਣੇ ਰਿਲੇਟਡ ਹੀ ਪੁੱਛਣੇ ਕੁਸ਼ਚਨ ਆਨਸਰਸ, ਬਸ ਉਸ ਤੋਂ ਬਿਨਾਂ ਕੁਛ ਨਹੀਂ, ਫੋਨ ਦਾ ਵੀ ਵਰਤੋਂ ਬਹੁਤ ਘੱਟ ਇਹ ਕਰਦੇ ਸੀ। ਜਿਵੇਂ ਕਹਿ ਦਿੰਦੇ ਹਾਂ ਕਿ ਜਿਹੜਾ ਇੰਟੈਲੀਜੈਂਟ ਸਟੂਡੈਂਟ ਆ ਉੱਧਰ ਟੀਚਰ ਵੱਲ ਜਦੋਂ ਤੁਹਾਡਾ ਜ਼ਿਆਦਾ ਧਿਆਨ ਹੋ ਜਾਂਦਾ, ਬਾਕੀ ਸਟੂਡੈਂਟਸ ਵੱਲ ਵੀ ਤੁਹਾਡਾ ਸੇਮ ਧਿਆਨ ਸੀਗਾ ਕਿ ਇਹਨਾਂ ਵੱਲ ਕੋਈ ਸਪੈਸ਼ਲ ਇਹਨਾਂ ਲਈ ਉਹ ਕੀਤਾ ਜਾਂਦਾ ਸੀਗਾ? ਨਹੀਂ ਸਰ, ਐਸਾ ਨਹੀਂ ਹੈ। ਹਾਂ, ਇਹਨਾਂ ਲਈ ਸਪੈਸ਼ਲ ਮੈਂ ਅਲੱਗ ਤੋਂ ਵੀ ਜ਼ਰੂਰ ਅਸੀਂ ਐਫਰਟਸ ਕਰਦੇ ਸੀਗੇ ਵੀ ਆਪਣੇ ਆਪਣੇ ਸਬਜੈਕਟ ਟੀਚਰ ਸਾਰੇ ਵੀ, ਤਾਂ ਕਿ ਇਹਨਾਂ ਬੱਚਿਆਂ ਲਈ ਅਸੀਂ ਜ਼ਿਆਦਾ ਮਿਹਨਤ ਕਰ ਸਕੀਏ, ਪਰ ਸਾਰੇ ਹੀ ਬੱਚੇ ਸਾਡੇ ਸਕੂਲ ਦੇ ਬਹੁਤ ਵਧੀਆ ਸੀ। ਇਹ ਨਹੀਂ ਹੈ ਵੀ ਸਾਡੇ ਸਾਰੇ ਬੱਚੇ ਹੀ ਬਹੁਤ ਅੱਛੇ ਨੰਬਰ ਲੈ ਕੇ ਪਾਸ ਹੋਣਗੇ, ਇਸ ਤੋਂ ਬਿਨਾਂ ਵੀ ਸਾਡੇ 3 ਜਾਂ 4 ਹੋਰ ਬੱਚੇ ਸੀ ਮੇਰੀ ਕਲਾਸ ਦੇ ਜਿਹੜੇ ਡਿਜ਼ਰਵਿੰਗ ਸੀ, ਹੋ ਸਕਦਾ ਉਹ 1 ਅੱਧੇ ਨੰਬਰ 'ਤੇ ਹੀ ਰਹੇ ਹੋਣਗੇ, ਬਟ ਉਹ ਵੀ ਇਸੇ ਤਰ੍ਹਾਂ ਸਾਡੇ ਹਿਸਾਬ ਨਾਲ ਮੈਰਿਟ 'ਚ ਹੀ। ਜਦੋਂ ਬੱਚੇ ਪੜ੍ਹਦੇ ਆ ਮਤਲਬ ਤੁਹਾਨੂੰ ਕਿਵੇਂ ਪਤਾ ਲੱਗ ਜਾਂਦਾ ਕਿ ਬੱਚਾ ਇਹ, ਜਿਵੇਂ ਨੋਰਮਲ ਤੁਸੀਂ ਅੰਦਰ ਮੰਥਲੀ ਵਾਈਜ਼ ਕੋਈ ਟੈਸਟ ਵਗੈਰਾ ਲੈਂਦੇ ਆ, ਉਦੋਂ ਪਤਾ ਲੱਗ ਜਾਂਦਾ ਬੱਚਾ ਕਿੱਥੇ ਤੱਕ ਗਰੋ ਕਰੇਗਾ ਜੀ? ਹਾਂਜੀ ਹਾਂਜੀ ਸਰ, ਜਿਵੇਂ ਜੁਲਾਈ ਟੈਸਟ ਹੁੰਦੇ ਆ ਸਾਡੇ, ਫਿਰ ਸਪਟੰਬਰ ਐਗਜ਼ਾਮ ਹੁੰਦੇ ਆ, ਫਿਰ ਨਵੰਬਰ ਟੈਸਟ ਹੈ, ਜਾਂ ਅਸੀਂ ਵੈਸੇ ਵੀ ਕਲਾਸ ਟੈਸਟ ਲੈਂਦੇ ਹਾਂ, ਹਰ ਕਲਾਸ ਟੈਸਟ ਦੇ ਵਿੱਚੋਂ ਜਿਹੜੀ ਹੈ ਇਹਦੀ ਪਰਫੋਰਮੈਂਸ ਬੱਚੇ ਦੀ ਬਹੁਤ ਰੈਗੂਲਰਲੀ ਬਹੁਤ ਗੁੱਡ ਰਹੀ, ਆਲਵੇਜ਼ 100% ਇਹਨੇ ਸਕਿਓਰ ਕੀਤੀ ਹੈ ਹਰ ਟੈਸਟ ਦੇ ਵਿੱਚ, ਕਲਾਸ ਟੈਸਟ ਜੀ।
ਹੋਰ ਵੀ ਪਰਿਵਾਰਕ ਮੈਂਬਰ ਵੀ ਨੇ ਸ਼ਾਇਦ ਅਨਮੋਲਦੀਪ ਦੇ ਮਾਤਾ ਜੀ ਵੀ ਨਾਲ ਆਏ ਨੇ ਤਾਂ ਉਹਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਜੀ। ਬਹੁਤ ਬਹੁਤ ਮੁਬਾਰਕ। ਕਿਵੇਂ ਦਾ ਲੱਗਿਆ ਜਦੋਂ ਪਤਾ ਲੱਗਿਆ ਕਿ ਬੱਚੀ ਦੇ ਜਿਹੜੇ ਨੰਬਰ ਆ 231ਵਾਂ ਰੈਂਕ ਆ ਕੇ ਮੈਰਿਟ ਦੇ ਵਿੱਚ ਨਾਮ ਆਇਆ ਆ, ਕਿਸ ਤਰ੍ਹਾਂ ਦਾ ਮਹਿਸੂਸ ਹੋਇਆ ਸੀ ਉਸ ਟਾਈਮ ਘਰ ਦੇ ਵਿੱਚ, ਕਿਸ ਤਰ੍ਹਾਂ ਦਾ ਮਾਹੌਲ ਸੀ? ਸਾਨੂੰ ਬਹੁਤ ਜ਼ਿਆਦਾ ਖੁਸ਼ੀ ਹੋਈ, ਸਾਰਾ ਪਰਿਵਾਰ ਇਕੱਠਾ ਹੋ ਗਿਆ ਜੀ ਵੀ ਸਾਡੀ ਬੇਟੀ ਮੈਰਿਟ ਵਿੱਚ ਆਈ ਆ। ਬਹੁਤ ਜ਼ਿਆਦਾ ਹੋ ਗਿਆ ਜੀ ਸਾਨੂੰ। ਲੱਗਦਾ ਕਿ ਅੱਜ ਕਹਿੰਦੇ ਆ ਕਿ ਮੁੰਡੇ ਅਤੇ ਕੁੜੀਆਂ ਦੇ ਵਿੱਚ ਜਿਹੜਾ ਫਰਕ ਆ ਉਹ ਖਤਮ ਹੋ ਗਿਆ, ਕਿਉਂਕਿ ਕੁੜੀਆਂ ਇਹਨਾਂ ਨੇ ਸਭ ਤੋਂ ਪਹਿਲੇ ਨੰਬਰਾਂ 'ਤੇ ਆ ਰਹੀਆਂ ਨੇ। ਪਹਿਲਾਂ ਵੀ UPSC ਦੇ ਵਿੱਚ ਵੀ ਗੱਲ ਕਰੀਏ ਤਾਂ ਆਪਣੀ ਡਾਕਟਰ ਗੁਰਲੀਨ ਕੌਰ ਨੇ ਹੈਗਾ UPSC ਦੇ ਵਿੱਚ ਬਹੁਤ ਵਧੀਆ ਰੈਂਕ ਲੈ ਕੇ ਪੰਜਾਬ ਦਾ ਨਾਮ ਰੋਸ਼ਨ ਕੀਤਾ ਸੀ। ਲੱਗਦਾ ਵੀ ਕੁੜੀਆਂ ਹੁਣ ਮੁੰਡਿਆਂ ਨੂੰ ਅੱਗੇ ਅੱਗੇ ਹੁੰਦੀ ਜਾ ਰਹੀ ਲੱਗਦਾ। ਛੋਟੀ ਬੇਟੀ ਵੀ ਇੱਥੇ ਪੜ੍ਹਦੇ ਨੇ, ਸੋ ਹੋਰ ਵੀ ਸਾਡੇ ਨਾਲ ਉਹਨਾਂ ਦੇ ਫਾਦਰ ਸਾਹਿਬ ਵੀ ਅਨਮੋਲਦੀਪ ਨੇ, ਉਹ ਵੀ ਸਾਡੇ ਨਾਲ ਮੌਜੂਦ ਨੇ, ਉਹਨਾਂ ਨਾਲ ਵੀ ਗੱਲਬਾਤ ਕਰ ਲੈਂਦੇ ਹਾਂ। ਭਾਅ ਜੀ ਸਭ ਮੁਬਾਰਕਾਂ ਜੀ, ਪਹਿਲਾਂ ਤਾਂ ਬਹੁਤ 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 ਮੁਬਾਰਕਾਂ ਸਾਰਿਆਂ ਨੂੰ। ਕਿਵੇਂ ਦਾ ਮਹਿਸੂਸ ਹੋਇਆ ਜਦੋਂ ਲੱਗਿਆ ਕਿ ਬੇਟੀ ਦੇ 231ਵਾਂ ਰੈਂਕ ਆਏਗਾ ਮੈਰਿਟ ਦੇ ਵਿੱਚ? ਸਰ ਜਦੋਂ ਮੈਂ ਸਵੇਰੇ ਜਗਮਣੀ ਦਾ ਅਖਬਾਰ ਦੇਖਿਆ ਉਹਦੇ ਵਿੱਚ ਪਤਾ ਲੱਗਿਆ ਵੀ 8th ਤੇ 12th ਦਾ ਰਿਜ਼ਲਟ ਅੱਜ ਆਉਣਾ ਜੀ ਅਤੇ ਮੈਰਿਟ ਲਿਸਟ ਆਉਣੀ ਅੱਜ, ਅਤੇ ਮੈਨੂੰ ਇਹ ਸੋਚਿਆ ਗਿਆ ਵੀ 4 ਕਦੋਂ ਵੱਜਣਗੇ ਜੀ, 4 ਕਦੋਂ ਵੱਜਣਗੇ ਜੀ। ਅਤੇ ਟੀ ਵੀ ਲੱਗ ਕੇ ਬੈਠੇ ਸੀ ਅਸੀਂ, ਰਿਜ਼ਲਟ ਆ ਗਿਆ ਜੀ। ਉਸ ਤੋਂ 10 ਮਿੰਟਾਂ ਬਾਅਦ ਸਾਡਾ ਮੋਨਿਕਾ ਮੈਡਮ ਦਾ ਫੋਨ ਆ ਗਈ, ਫਿਰ ਮੈਂ ਇੱਕ ਕਰਿਆਨਾ ਸ਼ੋਪ ਕਰਦਾ ਜੀ, ਮੈਨੂੰ ਪਤਾ ਮੈਂ ਦਿਗਾਰ ਕਿਵੇਂ ਵਧਾਈ ਹੈ ਜੀ। ਫਟਾਫਟ ਸਮਾਨ ਉੱਤੇ ਸਿੱਟਿਆ, ਫਟਾਫਟ ਵੀ ਬੇਟੀ ਨੂੰ ਲੈ ਕੇ ਸਕੂਲ ਪਹੁੰਚਿਆ ਜੀ। ਹਾਂਜੀ, ਮੈਨੂੰ ਬਹੁਤ ਖੁਸ਼ੀ ਮਹਿਸੂਸ ਹੋਈ ਹੈ ਜੀ। ਮੈਨੂੰ ਮੇਰੇ ਕੋਲ 2 ਬੇਟੀਆਂ ਨੇ, ਦੋਨੇ ਬਹੁਤ ਇੰਟੈਲੀਜੈਂਟ ਨੇ, ਬਹੁਤ ਅਲਾਈਜ ਬੇਟੀਆਂ ਨੇ। ਸੋ ਤੁਸੀਂ ਤਸਵੀਰਾਂ ਵੀ ਦੇਖ ਸਕਦੇ ਹੋ, ਨਮ ਅੱਖਾਂ ਦੇ ਵਿੱਚ ਇਹਨਾਂ ਦੀ ਖੁਸ਼ੀ ਆ ਜਿਹੜੀ, ਉਹ ਜਿਹੜੇ ਫਾਦਰ ਆਪਣੇ ਬੱਚਿਆਂ ਲਈ ਜਿਹੜੀ ਖੁਸ਼ੀ ਆ ਉਹ ਸਿਰਫ ਅੱਖਾਂ ਹੀ ਦੱਸ ਸਕਦੀਆਂ ਨੇ, ਆਪਣੇ ਬੱਚੇ ਨੂੰ ਕਿੰਨਾ ਪਿਆਰ ਕਰਦੇ ਆ। ਭਾਅ ਜੀ ਇੱਕ ਗੱਲ ਦੱਸੋ ਕਿ ਕਹਿੰਦੇ ਆ ਕੁੜੀਆਂ ਦਾ ਆਪਣੇ ਬਾਪ ਨਾਲ ਜ਼ਿਆਦਾ ਪਿਆਰ ਹੁੰਦਾ ਹੈਗਾ, ਕਿਉਂਕਿ ਮਾਵਾਂ ਪੁੱਤਾਂ ਨੂੰ ਜ਼ਿਆਦਾ ਲਾਡ ਕਰਦੀਆਂ ਨੇ ਅਤੇ ਜਿਹੜਾ ਬਾਪ ਆ ਉਹ ਕੁੜੀਆਂ ਨੂੰ ਲਾਡ ਜ਼ਿਆਦਾ ਦਿੰਦਾ ਹੈਗਾ, ਇਸ ਤਰ੍ਹਾਂ ਦਾ ਕੁਛ ਤੁਹਾਡੇ ਘਰ ਦੇ ਵਿੱਚ ਵੀ ਹੈਗਾ? ਦੇਖੋ ਜੀ, ਕਹਿੰਦੇ ਨੇ ਪੁੱਤਰ ਮਿੱਠੜੇ ਮੇਵੇ ਪਰ ਧੀਆਂ ਮਿਸ਼ਰੀਆਂ ਡਲੀਆਂ ਹੁੰਦੀਆਂ ਨੇ ਜੀ। ਪੁੱਤਰ ਇਹਨਾਂ ਨੇ ਬਾਪ ਦਾ ਕਰਦੇ ਜੀ ਨੇ, ਧੀਆਂ ਸੋਚਦੀਆਂ ਨੇ ਜੀ। ਠੀਕ ਹੈ ਨਾ, ਵੀ ਆਉਣ ਅੱਜ ਤੁਸੀਂ ਸਮਾਂ ਦੇਖ ਲਓ ਜੀ ਅੱਜ ਦਾ, ਵੀ ਅੱਜ ਦੇ ਸਮੇਂ ਦੇ ਵਿੱਚ ਧੀਆਂ ਹੀ ਮਾਂ ਬਾਪ ਦਾ ਸਭ ਤੋਂ ਵੱਧ ਕਰਦੀਆਂ ਨੇ। ਠੀਕ ਹੈ, ਮੇਰੇ ਧੀਆਂ ਮੈਨੂੰ ਮਾਣ ਹੈ, ਮੈਨੂੰ ਮੇਰੀ ਧੀਆਂ 'ਤੇ ਵੀ ਮੇਰੀ ਧੀਆਂ ਬਹੁਤ ਲੈ ਕੇ ਹੋਣਗੀਆਂ, ਮੇਰਾ ਅੱਗੇ ਜਾ ਕੇ ਮੇਰਾ ਹੋਰ ਨਾਮ ਰੋਸ਼ਨ ਕਰਨਗੇ। ਲੱਗਦਾ ਕਿ ਅੱਜ ਜਿਹੜੀ ਮਿਹਨਤ ਆ ਉਹ ਸਫਲ ਹੋ ਗਈ ਹੈ ਜੀ? ਅੱਜ ਮੈਨੂੰ ਇਹ ਲੱਗਦਾ ਜੀ, ਜਿਹੜੇ ਮੈਂ ਮਤਲਬ ਮੇਰੇ ਬੱਚੇ ਕਹਿੰਦੇ ਵੀ ਪਾਪਾ ਅਸੀਂ 3 ਵੀਲਰ 'ਚ ਨਹੀਂ ਜਾਣਾ ਸਕੂਲ, ਤੁਸੀਂ ਆਪ ਛੱਡ ਕੇ ਆਓ, ਆਪ ਲੈ ਕੇ ਆਓ।